ਲੁਧਿਆਣਾ ਦੀ ਜਨਕਪੁਰੀ ਚੌਕੇ 'ਚ ਸ਼ੱਕੀ ਹਾਲਾਤਾਂ 'ਚ ਇੱਕ ਯੁਵਕ ਨੇ ਹਵਾਲਾਤ 'ਚ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ, ਜਿਸ ਤੋਂ ਲੈ ਕੇ ਲੁਧਿਆਣਾ ਪੁਲਿਸ 'ਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ। ਏਸੀਪੀ ਵਰਿਆਮ ਸਿੰਘ ਮੁਤਾਬਕ ਦੋ ਨੌਜਵਾਨ ਕਰਨ ਅਤੇ ਇੱਕ ਹੋਰ ਨੂੰ ਚੋਰੀ ਦੇ ਕੇਸ ਵਿੱਚ ਹਿਰਾਸਤ 'ਚ ਲੈ ਕੇ ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਸੀ, ਪਰ ਚੌਕੀ ਦੀ ਹਵਾਲਾਤ ਵਿੱਚ ਆਰੋਪੀ ਕਰਨ ਦੀ ਇੱਕਦਮ ਤਬੀਅਤ ਖਰਾਬ ਹੋ ਗਈ ਅਤੇ ਮੂੰਹ 'ਚੋਂ ਖੂਨ ਆਉਣ ਲੱਗਿਆ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਚੌਕੀ 'ਚ ਤੈਨਾਤ ਪੁਲਿਸ ਮੁਲਾਜ਼ਮਾਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਤੁਸੀਂ ਕੋਈ ਸਰ ਪੁਲਿਸ ਨੇ ਕੋਈ ਮਾਮਲਾ ਦਰਜ ਨਹੀਂ ਕੀਤਾ, ਹਿਰਾਸਤ 'ਤੇ ਲਿਆ ਸੀ 5 ਦਿਨਾਂ ਤੋਂ? ਨਹੀਂ, ਪੁਲਿਸ ਨੇ ਮਾਮਲਾ ਦਰਜ ਕਰਕੇ ਹੀ ਹਿਰਾਸਤ ਵਿੱਚ ਲਿਆ ਸੀ। ਓਕੇ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਤਾਂ ਜਿਹੜਾ ਹੈਗਾ ਇਹਦੀ ਜਿਹੜੀ ਹੁਣ ਵੀ ਅਗਲੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਪੇਰੈਂਟਸ ਦੇ ਬਿਆਨ ਲਿਖ ਕੇ ਕਰਾਂਗੇ। ਸੁਸਾਈਡ ਕੀਤਾ ਨੇ, ਕੋਈ ਚੀਜ਼ ਖਾਧੀ ਹੈ? ਤਾਂ ਇਹ ਤਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਹੀ ਪਤਾ ਲੱਗੂਗਾ, ਕਿਉਂਕਿ ਕੋਈ ਬਾਹਰੀ ਨਜ਼ਰ ਨਹੀਂ ਆ ਰਿਹਾ ਵੀ ਕੀ ਹੈ। ਅਤੇ ਪੋਸਟਮਾਰਟਮ ਹੁਣ ਬੋਰਡ ਤੋਂ ਕਰਾਵਾਂਗੇ, ਪੋਸਟਮਾਰਟਮ ਦੀ ਰਿਪੋਰਟ 'ਤੇ ਹੀ ਪਤਾ। ਕੋਈ ਸ਼ੱਕੀ ਚੀਜ਼ ਖਾਧੀ ਹੈ ਜਾਂ ਕੁਛ? ਕੁਛ ਨਹੀਂ ਕਹਿ ਸਕਦਾ ਮੈਂ, ਪੋਸਟਮਾਰਟਮ ਦੀ ਰਿਪੋਰਟ ਤੋਂ ਮੈਂ ਦੱਸ। ਅੱਛਾ, ਪੁਲਿਸ ਮੁਲਾਜ਼ਮ 'ਤੇ ਕਿਸੇ 'ਤੇ ਕਾਰਵਾਈ ਕੀਤੀ ਜਾਏਗੀ, ਕਿਉਂਕਿ ਸੁਰੱਖਿਆ ਨੂੰ ਲੈ ਕੇ, ਕਿਉਂਕਿ ਹਵਾਲਾਤ ਦੇ ਵਿੱਚ ਜਦੋਂ ਕੋਈ ਅਗਰ ਮੁਲਜ਼ਮ ਤੁਸੀਂ ਕਾਰਵਾਈ ਕੀਤੀ ਸੀ, FIR ਦਰਜ ਕੀਤੀ ਸੀ, ਤਾਂ ਉਹਦੀ ਸੁਰੱਖਿਆ ਕਿੱਥੇ ਸੀ? ਕਿਸੇ ਨੇ ਧਿਆਨ ਨਹੀਂ ਦਿੱਤਾ? ਦੇਖੋ, ਗੱਲ ਇਹ ਆ ਕਿ ਜੇ ਕੋਈ ਇੰਜਰੀ ਹੁੰਦੀ ਤਾਂ ਅਸੀਂ ਸੋਚਦੇ ਕਿ ਪੁਲਿਸ ਦਾ ਕੋਈ ਪੱਖ ਹੈਗਾ, ਲੇਕਿਨ ਫਿਰ ਵੀ ਪੋਸਟਮਾਰਟਮ ਦੀ ਰਿਪੋਰਟ ਆਏਗੀ ਤਾਂ ਉਸ ਤੋਂ ਮਗਰੋਂ ਜੋ ਵੀ ਬਣਦਾ ਹੋਇਆ ਪੁਲਿਸ ਮੁਲਾਜ਼ਮਾਂ 'ਤੇ ਕਾਰਵਾਈ ਹੋਈ। ਜੇ ਪੋਸਟਮਾਰਟਮ ਇਹਦੇ ਵਿੱਚ ਇਹਦੀ ਨੈਚੁਰਲ ਡੈਥ ਆਉਂਦੀ ਹੈ ਫਿਰ ਨਹੀਂ ਹੋਏਗੀ, ਜੇ ਕੋਈ ਰੀਜ਼ਨ ਆਏਗਾ ਤਾਂ ਉਹਦੇ ਮੁਤਾਬਕ। ਉਧਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਰੋਸ ਹੈ। ਕਾਰਨ ਤੇ ਗੌਰਵ ਨਾਮ ਹੀ ਦੱਸੋ ਸਰ, ਮੁੜ ਕੇ ਤੁਹਾਡਾ ਵੀ ਨੁਕਸਾਨ ਹੋਣਾ, ਤੁਸੀਂ ਕਿਹਦੇ ਕਾਰਨ ਦੇ ਰਿਸ਼ਤੇਦਾਰ? ਅੱਛਾ, ਪਹਿਲਾਂ ਕਿਹਦੀ ਡੈਥ ਹੋਈ ਸੀ ਤੁਹਾਡੇ? ਮੇਰੇ ਮੁੰਡੇ ਨੇ ਪਤਾ ਨੀ ਕੀ ਉਹਨੇ ਕੀ ਖੋ ਮਾਈ ਕੀਤੀ ਨੀ, ਕੀ ਨਾ ਕੀਤੀ ਹੋਣੀ ਉਹਨਾਂ ਨੇ, ਉਹਨਾਂ ਨੇ ਠਾਣੇ ਚ ਬੰਦ ਕਰ ਲਿਆ। 5 ਦਿਨ ਹੋ ਗਏ ਅੱਜ, ਨਾ ਉਹਨੂੰ ਪਾਣੀ ਦਾ ਘੁੱਟ ਦਿੱਤਾ ਮੁੰਡੇ ਪੀਣ ਵਾਸਤੇ, ਨਾ ਰੋਟੀ ਪਾਣੀ ਦਿੰਦੇ ਖਾਣ ਵਾਸਤੇ ਉਹਨਾਂ ਨੂੰ। ਹੁਣ ਮੁੰਡਾ ਮਾਰਤਾ ਇੱਥੇ ਲਿਥ ਲੈ ਕੇ ਹੋਏ ਨੇ, ਉਹੀ ਅਜੇ ਤਾਂ ਜੰਗਪੁਰ ਥਾਣਾ ਪਿੱਛੇ ਜਿਹੜਾ ਆਉਂਦਾ ਚੌਂਕੀ, ਜਿਹੜੀ ਦੋ ਨੰਬਰ ਚੌਂਕੀ ਜਿਹੜੀ ਆਉਂਦੀ ਚੋਰੀ ਦੇ 'ਚ। ਪਹਿਲਾਂ ਵੀ ਚੋਰੀ ਕਰਦਾ ਰਿਹਾ ਮੁੰਡਾ? ਨਹੀਂ ਜੀ, ਪਹਿਲਾਂ ਨਹੀਂ। ਉਹ ਤੁਸੀਂ ਕੀ ਮੰਗ ਕਰਦੇ? ਅਸੀਂ ਤਾਂ ਕੋਈ ਮੰਗ ਨਹੀਂ ਕਰਦੇ, ਜਿਹੜਾ ਮਾਂ ਦਾ ਪੁੱਤ ਕਿਸੇ ਨੂੰ ਮਿਲ ਜੂਗਾ ਉਹ ਦਵਾ ਤੋਂ ਮਰਿਆ ਮਰਿਆ ਦੱਸ ਦਿਓ ਪਹਿਲਾਂ। ਬਿਊਰੋ ਰਿਪੋਰਟ, ਲੁਧਿਆਣਾ।